ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਮ ਸਿੰਘ ਕਲਿਆਣ, ਤੁਸੀਂ ਜੁੜੇ ਹੋ ਸਾਂਝ ਪੰਜਾਬ ਟੀਵੀ ਨਾਲ। ਅੱਜ ਆਪਾਂ ਖੜ੍ਹੇ ਹਾਂ ਐਕਸਪੋਰਟ ਸਕੂਲ ਭਗਤਾ ਭਾਈਕਾ ਵਿਖੇ, ਜਿੱਥੇ ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਸਾਲ 2024 ਦਾ ਕੈਲੰਡਰ ਜਾਰੀ ਕੀਤਾ ਜਾ ਰਿਹਾ। ਆਓ ਦੇਖਦੇ ਆਪਾਂ ਕੈਲੰਡਰ 2024 ਦੇ ਜਾਰੀ ਕਰਨ ਦੀਆਂ ਝਲਕੀਆਂ। ਮੁੱਖ ਮਹਿਮਾਨ ਸ਼੍ਰੀ ਬਲਵਿੰਦਰ ਸਿੰਘ ਜੀ ਜੰਮੂ ਨੂੰ ਸਟੇਜ 'ਤੇ ਸੱਦਾ ਦੇਵਾਂ। ਹਾਲ ਦੇ ਵਿੱਚ ਹਾਜ਼ਰ ਲੋਕ ਤੇ ਇੱਧਰ ਸਟੇਜ 'ਤੇ ਬੈਠੇ ਦੋਸਤ ਅਤੇ ਭਗਤਾ ਭਾਈ ਪ੍ਰੈਸ ਕਲੱਬ ਦੇ ਪ੍ਰਧਾਨ ਦੀਪਾਲ ਅਤੇ ਉਹਨਾਂ ਦੀ ਟੀਮ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ, ਸਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ, ਇਸ ਲਈ ਉਹਨਾਂ ਦੇ ਅਸੀਂ ਧੰਨਵਾਦੀ ਹਾਂ। ਅਤੇ ਇਸਦੇ ਨਾਲ ਹੀ ਆਹ ਜਿਹੜੇ ਦਿਨ ਚੱਲ ਰਿਹਾ, ਇਸ ਤੋਂ ਪਹਿਲਾਂ ਮਲੂਕਾ ਸਾਹਿਬ ਨੇ ਦੱਸੀ ਹੈ, ਜਸਵੰਤ ਸਿੰਘ ਮਲੂਕਾ ਹੋਣੀ, ਅਸੀਂ ਸਟੂਡੈਂਟ ਮੂਵਮੈਂਟ ਦੇ ਵਿੱਚ ਇਕੱਠੇ ਕੰਮ ਕੀਤਾ, ਉਹਦੀਆਂ ਵੀ ਉਹਨਾਂ ਨੇ ਚਰਚਾ ਕੀਤੀ ਹੈ। ਅਤੇ ਮੇਰੇ ਸਾਹਮਣੇ ਸਵਾਲ ਹੈ ਕਿ ਅਸੀਂ ਇਸ ਸਕੂਲ ਦੇ ਵਿੱਚ ਬੈਠੇ ਹਾਂ, ਸਕੂਲ ਦੇ ਬੱਚੇ ਵੀ ਨੇ, ਸਕੂਲ ਦੇ ਟੀਚਰ ਵੀ ਨੇ, ਪੰਜਾਬ ਦੇ ਵਿੱਚ ਮਤਲਬ ਨੌਵੇਂ ਗੁਰੂ ਦੀ ਸ਼ਹਾਦਤ ਇਸੇ ਮਹੀਨੇ ਹੋਈ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ ਇਸੇ ਮਹੀਨੇ ਦੇ ਵਿੱਚ ਆਉਂਦੀ ਹੈ। ਤੇ ਮੈਂ ਪਟਿਆਲੇ ਜ਼ਿਲ੍ਹੇ ਦਾ ਤਾਂ ਹੁਣ 25-30 ਸਾਲ ਹੋ ਗਏ ਚੰਡੀਗੜ੍ਹ ਰਹਿੰਦਿਆਂ, ਮਤਲਬ ਬਹੁਤ ਹਰ ਵਾਰੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ, ਕਦੇ ਫਤਿਹਗੜ੍ਹ ਸਾਹਿਬ ਜਾਂਦੇ ਹਾਂ, ਮਤਲਬ ਇੰਨੀ ਛੋਟੀ ਉਮਰ ਦੇ ਵਿੱਚ ਏਡੀ ਵੱਡੀ ਕੁਰਬਾਨੀ, ਮਤਲਬ ਉਹਨਾਂ ਨੂੰ ਨਤਮਸਤਕ ਤਾਂ ਹੋਈਦਾ, ਸਿਰ ਨਵਾਈਦਾ, ਮਤਲਬ ਇਹ ਹਕੀਕਤ ਹੈ ਕਿ ਜਿੰਨੇ ਕੁ ਇਤਿਹਾਸ ਪੜ੍ਹਨ ਦਾ ਯਤਨ ਕੀਤਾ ਹੈ, ਉਹਦੇ ਵਿੱਚੋਂ ਕਦੇ ਵੀ ਇਹੋ ਜਿਹੀ ਕੁਰਬਾਨੀ ਜਿਹੜੀ ਆ ਹੋਰ ਕਿਸੇ ਦੀ ਉਹ ਨਹੀਂ ਮਿਲਦੀ। ਇਸ ਕਰਕੇ ਸਾਡਾ ਜਿਹੜਾ ਪੰਜਾਬ ਦਾ ਇਤਿਹਾਸ ਹੈ, ਮਤਲਬ ਸ਼ਾਨਾ ਮਤਾ ਇਤਿਹਾਸ ਹੈ, ਗੌਰਵਮਈ ਇਤਿਹਾਸ ਹੈ, ਤੇ ਗੌਰਵਮਈ ਇਤਿਹਾਸ ਦੇ ਸਦਕਾ ਹੀ ਬਹੁਤ ਸਾਰੀਆਂ ਪ੍ਰਾਪਤੀਆਂ ਹੋਈਆਂ ਨੇ। ਪਿਛਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ, ਉਸ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੱਕ ਨਵੀਂ ਜਿਹੜੀ ਆ ਉਹਨਾਂ ਦੇ ਵਿੱਚ ਚੇਤਨਤਾ, ਇੱਕ ਜਾਗਰੂਕਤਾ ਜਿਹੜੀ ਆ ਉਹ ਲਿਆਂਦੀ। ਪਰ ਸੇਮ ਟਾਈਮ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ, ਜਿਹੜੇ ਦੇਸ਼ ਨੇ ਬਹੁਤ ਅੱਗੇ ਵਧਣਾ, ਜਿਹਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਵੀ ਇਹ ਦੇਸ਼ ਦੇ ਵਿੱਚ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਹ ਰੁਜ਼ਗਾਰ ਦੀ ਗੱਲ ਤਾਂ ਕਿਤੇ ਹੋ ਹੀ ਨਹੀਂ ਰਹੀ, ਨਾਰੇ ਤਾਂ ਕੁਝ ਹੋਰ ਲੱਗ ਰਹੇ ਦੇਸ਼ ਦੇ ਵਿੱਚ, ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਣ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ, ਮਤਲਬ ਸਾਡੇ ਜਿਹੜੇ ਬੁਨਿਆਦੀ ਮਾਮਲੇ ਹੈ ਉਹ ਕਿਸੇ ਹੋਰ ਪਾਸੇ ਵੱਲ ਨੂੰ ਚੱਲ ਗਏ। ਜਿਹੜਾ ਸਾਡਾ ਮੀਡੀਆ, ਛਿੱਬੜ ਸਾਹਿਬ ਨੇ ਗੱਲ ਕੀਤੀ ਕਿ ਮੀਡੀਆ ਦੋ ਉਹਦੇ 'ਚ ਵੰਡਿਆ ਗਿਆ, ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਚੌਥਾ ਸਤੰਭ ਅਸੀਂ
ਜਮਹੂਰੀਅਤ ਆ ਕਹਿੰਦੇ ਆ ਜਿਹਨੂੰ ਮੀਡੀਆ ਨੇ। ਮਤਲਬ ਮੈਂ 27-28 ਸਾਲ ਤਕਰੀਬਨ ਪੰਜਾਬੀ ਟ੍ਰਿਬਿਊਨ ਚ ਰਿਹਾ, ਥੋੜਾ ਸਮਾਂ ਨਵਾਂ ਜਵਾਨ ਵੀ ਲਾਇਆ। ਅਸੀਂ ਜਿਹੜੀ ਹਾਲਤ ਦੇਖਦੇ ਹਾਂ ਮੀਡੀਆ ਦੀ, ਜਿਹਦੇ ਵਿੱਚ ਰੈਗੂਲਰ ਰੁਜ਼ਗਾਰ ਹੈ, ਬਿਨਾਂ ਰੈਗੂਲਰ ਰੁਜ਼ਗਾਰ ਤੋਂ ਕੋਈ ਅਖਬਾਰ ਨਹੀਂ ਨਿਕਲ ਸਕਦਾ, ਕੋਈ ਚੈਨਲ ਨਹੀਂ ਚੱਲ ਸਕਦਾ। ਉੱਥੇ ਸਾਰਾ ਹੀ ਸਿਸਟਮ ਜਿਹੜਾ ਕੰਟਰੈਕਟ 'ਤੇ ਆ ਗਿਆ, ਠੇਕੇਦਾਰੀ 'ਤੇ ਆ ਗਿਆ। ਜਦੋਂ ਕੋਈ ਵੀ ਬੰਦਾ ਠੇਕੇਦਾਰੀ 'ਤੇ ਆ ਜਾਂਦਾ, ਉਹਨੂੰ ਜਿਹੜੀ ਨੀਤੀ ਸਾਡੇ ਦੇਸ਼ ਦੇ ਵਿੱਚ ਹਾਇਰ ਐਂਡ ਫਾਇਰ ਨੇ, ਉਹਨੂੰ ਕਿਸੇ ਸਮੇਂ ਵੀ ਬਾਹਰ ਕੱਢਿਆ ਜਾ ਸਕਦਾ। ਇਹੋ ਜਿਹੀ ਹਾਲਤ ਹੈਗੀ। ਮਤਲਬ ਸਾਡਾ ਮੀਡੀਆ ਜਿਹੜਾ, ਇਹਦੇ 'ਚ ਮੇਰਾ ਖਿਆਲ ਇਸ ਵੇਲੇ 95-98% ਦੇ ਕਰੀਬ ਕਰੀਬ ਸਾਡੀ ਜਿਹੜੀ ਇੰਪਲਾਇਮੈਂਟ ਆ, ਸਾਡਾ ਜਿਹੜਾ ਰੁਜ਼ਗਾਰ ਆ ਪੱਤਰਕਾਰਾਂ ਦਾ, ਉਹ ਠੇਕੇਦਾਰੀ 'ਤੇ ਹੋ ਗਿਆ। ਅਤੇ ਇਸ ਕਰਕੇ ਜਿਹੜੀ ਨਿਰਪੱਖਤਾ ਉਸੇ ਤਰੀਕੇ ਨਾਲ ਨਹੀਂ ਆ ਰਹੀ। ਨਿਰਪੱਖਤਾ ਵਾਲੀ ਗੱਲ ਜਿਹੜੀ ਬਹੁਤ ਦੂਰ ਹੁੰਦੀ ਜਾ ਰਹੀ ਹੈ। ਲੋਕ ਉਮੀਦ ਕਰਦੇ ਆ, ਸਾਡੇ ਤੋਂ ਆਸ ਕਰਦੇ ਆ ਕਿ ਅਸੀਂ ਸੱਚ ਦਿਖਾਈਏ, ਅਸੀਂ ਸੱਚ ਸਾਹਮਣੇ ਲਿਆਈਏ, ਹਕੀਕਤ ਉਹਨਾਂ ਦੇ ਸਾਹਮਣੇ ਹੋਣ। ਪਰ ਪਿਛਲੇ ਅਰਸੇ 'ਚ ਅਸੀਂ ਦੇਖਿਆ ਦੇਸ਼ ਭਰ ਦੇ ਵਿੱਚ ਚੈਨਲ ਨੇ, ਇੱਕ ਚੈਨਲ ਸੀ NDTV, ਉਹਨੂੰ ਵੀ ਦੇਖਦੇ ਸਭ ਤੋਂ ਵੱਡੇ ਜਿਹੜੇ ਕਾਰਪੋਰੇਟ ਘਰਾਣਾ ਅਡਾਨੀ ਨੇ ਖਰੀਦ ਲਿਆ। ਹੁਣ ਤੁਹਾਡੇ ਕੋਲ ਕੋਈ ਚੈਨਲ ਨਹੀਂ ਦੇਸ਼ ਭਰ ਦੇ ਵਿੱਚ ਜਿਹੜਾ ਵੱਡਾ TV ਚੈਨਲ ਹੋਵੇ ਜਿਹਦੇ ਤੱਕ ਤੁਸੀਂ ਆਸ ਕਰੋ ਕਿ ਨਿਰਪੱਖ ਚੀਜ਼ ਦਿਖਾਈ ਦੇਵੇ। ਉਹਦੀ ਥਾਂ 'ਤੇ ਜਿਹੜਾ ਅਲਟਰਨੇਟਿਵ ਮੀਡੀਆ ਜਿਹਨੂੰ ਅਸੀਂ ਕਹਿ ਦਿੰਦੇ, ਸੋਸ਼ਲ ਮੀਡੀਆ ਆਇਆ। ਪਰ ਸੋਸ਼ਲ ਮੀਡੀਆ ਦੇ ਵਿੱਚ ਵੀ ਕੀ ਹੈਗਾ, ਬਹੁਤ ਸਾਰਾ ਐਸਾ ਠੀਕ ਹੈ, ਫੈਕਟਸ ਆਉਂਦੇ ਆ, ਸੱਚਾਈ ਸਾਹਮਣੇ ਆਉਂਦੀ ਹੈ, ਪਰ ਉਹਦੇ ਵਿੱਚ ਵੀ ਇੱਕ ਵੱਡਾ ਹਿੱਸਾ ਇਸ ਪਾਸੇ ਵੱਲ ਨੂੰ ਜਾ ਰਿਹਾ ਕਿ ਜਿਹੜਾ ਝੂਠ ਪਰੋਸਣ ਦੇ ਯਤਨ ਹੋ ਰਹੇ ਜਾਂ ਗੰਗੇਜ ਪਰੋਸਣ ਦੇ ਯਤਨ ਹੋ ਰਿਹਾ, ਇਸ ਤਰੀਕੇ ਨਾਲ ਜਿਹੜਾ ਉਹ ਚੱਲ ਰਿਹਾ। ਪਰ ਸੰਕਟ ਜਿਹੜਾ ਮੀਡੀਆ ਦਾ ਉਹ ਬਹੁਤ ਵੱਡਾ ਹੁੰਦਾ ਜਾ ਰਿਹਾ, ਬਹੁਤ ਡੂੰਘਾ ਹੋ ਰਿਹਾ ਜਾ ਰਿਹਾ। ਜਿਹਨੇ ਸੱਚ ਦਿਖਾਉਣਾ, ਸੱਚ ਸਾਹਮਣੇ ਲਿਆਉਣਾ, ਉਹਦੀ ਆਪਣੀ ਹਾਲਤ ਇਸ ਤਰੀਕੇ ਦੀ ਹੋ ਰਹੀ ਹੈ ਕਿ ਮੈਨੂੰ ਉਹਦੀ ਵਾਰੀ ਲੱਗਦਾ ਕਿ ਜਿਹੜਾ ਸਾਡਾ ਚੌਥਾ ਸਤੰਭ ਹੈ ਉਹ ਜਰਜਰਾ ਹੋ ਗਿਆ। ਹੁਣ ਸਵਾਲ ਇਹ ਸਾਡੇ ਮੀਡੀਆ ਸਾਹਮਣੇ ਵੀ ਇਹ ਇਸ ਹਾਲਤ ਚੋਂ ਬਾਹਰ ਕਿਵੇਂ ਨਿਕਲਣਾ, ਕਿਵੇਂ ਅੱਗੇ ਆਉਣਾ। ਅਸੀਂ ਜਿਹੜੀ ਆਰਗੇਨਾਈਜੇਸ਼ਨ ਬਣਾਈ, ਮਤਲਬ ਪੰਜਾਬ ਦੇ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਉਹ ਇਸ ਕਾਰਨ ਹੀ ਬਣਾਈ ਸੀਗੀ ਕਿ ਜਿਹੜੇ ਪੱਤਰਕਾਰਾਂ ਨੂੰ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਉਹਨਾਂ ਨੂੰ ਕਿਵੇਂ ਨਜਿੱਠਣਾ, ਉਹਨਾਂ ਦੀ ਕਿਵੇਂ ਮਦਦ ਕਰਨੀ ਹੈ। ਜਦੋਂ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਐਜ਼ ਏ ਰਿਪੋਰਟਰ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਾਂਦਾ ਸੀਗਾ, ਤਾਂ ਸਾਡੇ ਜਿਹੜੇ ਹੇਠਾਂ ਪੱਤਰਕਾਰ ਸਾਥੀ ਸੀਗੇ ਉਹ ਕਹਿੰਦੇ ਹੁੰਦੇ ਵੀ ਚੰਡੀਗੜ੍ਹ ਤੁਹਾਨੂੰ ਤਾਂ ਕਾਫੀ ਸਹੂਲਤਾਂ ਨੇ, ਸਾਡੇ 'ਤੇ ਵੀ ਕੋਈ ਸਹੂਲਤਾਂ ਹੋਣੀਆਂ ਚਾਹੀਦੀਆਂ, ਸਾਡੇ ਹੱਕ ਦੀ ਵੀ ਗੱਲ ਹੋਣੀ ਚਾਹੀਦੀ ਹੈ। ਅਤੇ ਅਸੀਂ ਇਸ ਗੱਲ ਨੂੰ ਸਲੀਮ ਕੀਤਾ, ਪ੍ਰਵਾਨ ਕੀਤਾ, ਤਾਂ ਉਹਦੇ 'ਚੋਂ ਹੀ ਅਸੀਂ ਜਿਹੜੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਣਾਈ। ਇੱਥੇ ਗੱਲ ਸੱਜਣ ਨੇ ਕੀਤੀ ਸੀ, ਪੱਤਰਕਾਰ ਮੈਂ ਕਹਿਣਾ ਚਾਹੁੰਦਾ ਕੋਈ ਛੋਟਾ ਵੱਡਾ ਨਹੀਂ ਹੁੰਦਾ, ਕੋਈ ਸ਼ਹਿਰ ਦੇ ਵਿੱਚ ਰਹਿ ਕੇ ਪੱਤਰਕਾਰ ਵੱਡਾ ਨਹੀਂ ਹੁੰਦਾ। ਮਤਲਬ ਜਿਹੜੀਆਂ ਬੇਸਿਕ ਜਿਹੜੀਆਂ ਖਬਰਾਂ ਨੇ ਉਹ ਪਿੰਡਾਂ ਤੋਂ ਨਿਕਲਦੀਆਂ ਨੇ, ਕਸਬਿਆਂ ਤੋਂ ਨਿਕਲਦੀਆਂ ਨੇ। ਇੱਕ ਵਾਰੀ ਤੁਸੀਂ ਕਿਤੇ ਦੇਖਿਆ ਹੋਣਾ, ਮਤਲਬ ਉੜੀਸਾ ਦੀ ਹਾਲਤ, ਬੰਦਾ ਗਰੀਬ ਕਰਦਾ ਸੀਗਾ, ਉਹਦੀ ਪਤਨੀ ਦੀ ਡੈਥ ਹੋ ਜਾਂਦੀ ਹੈ, ਤੂੰ ਆਪਣੇ ਮੋਢੇ 'ਤੇ ਆਪਣੀ ਪਤਨੀ ਨੂੰ ਚੁੱਕ ਕੇ ਲਿਜਾ ਰਿਹਾ। ਉਹ ਖਬਰ ਇੰਟਰਨੈਸ਼ਨਲੀ ਐਡੀ ਵੱਡੀ ਖਬਰ ਬਣੀ, ਮਤਲਬ ਪਿੰਡ ਤੋਂ ਸੀ ਖਬਰ। ਇਸੇ ਤਰੀਕੇ ਨਾਲ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਪਿੰਡਾਂ ਤੋਂ ਚੱਲਦੀਆਂ। ਅਤੇ ਕਿਸੇ ਨੇ ਇਸੇ ਗੱਲ ਨੂੰ ਮੈਂ ਅੱਗੇ ਵਿਸਤਾਰ ਦਾ, ਕਿਸੇ ਨੇ ਪੁੱਛਿਆ ਵੀ ਤੁਹਾਡੇ 'ਚ
ਮੈਨੂੰ ਕਈ ਥਾਵਾਂ ਤੇ ਕਹਿ ਦਿੰਦੇ ਜਦੋਂ ਜਾਈਦਾ ਵੱਖੋ ਵੱਖਰੀਆਂ ਸਾਡੀਆਂ ਯੂਨਿਟਾਂ ਦੀ ਮੀਟਿੰਗਾਂ ਹੁੰਦੀਆਂ ਜਾਂ ਕੋਈ ਸੈਮੀਨਾਰ ਹੋ ਗਿਆ ਵੀ ਤੁਸੀਂ ਤਾਂ ਵੱਡੇ ਪੱਤਰਕਾਰ ਹੋ। ਮੈਂ ਕਿਹਾ ਵੱਡੇ ਛੋਟੇ ਦਾ ਕੋਈ ਫਰਕ ਨੀਗਾ। ਕਿਸੇ ਨੇ ਟੂਏ ਨੂੰ ਪੁੱਛਿਆ ਸੀਗਾ ਵੀ ਤੁਹਾਡੇ ਚੋਂ ਡੰਗ ਕਿਹੜਾ ਵੱਧ ਮਾਰਦਾ, ਉਹ ਕਹਿੰਦਾ ਵੀ ਕਿਸੇ ਦੀ ਪੂਛ ਤੇ ਪੈਰ ਰੱਖ ਕੇ ਦੇਖ ਲਓ ਤੈਨੂੰ ਪਤਾ ਲੱਗ ਜਾਏਗਾ। ਜਿਹੜਾ ਸਾਡੇ ਪੱਤਰਕਾਰ ਹੈ ਉਹ ਕਸਬੇ 'ਚ ਹੈ, ਪਿੰਡ 'ਚ, ਸ਼ਹਿਰ 'ਚ ਹੈ, ਉਹਨਾਂ ਸਾਰਿਆਂ ਦੀ ਇੱਕੋ ਜਿੰਨੀ ਤਾਕਤ ਹੈ। ਗੱਲ ਇਹ ਹੈ ਕਿ ਉਹਨਾਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਜਿੱਥੇ ਉਹ ਖ਼ਬਰ ਭੇਜਣ, ਜੋ ਕੁਝ ਉਹਨਾਂ ਨੇ ਫੈਕਸ ਭੇਜਿਆ ਉਹ ਉਵੇਂ ਛਪ ਜਾਣ। ਪਰ ਬਦਕਿਸਮਤੀ ਹੈ ਇਸ ਦੌਰ ਦੇ ਵਿੱਚ ਬਹੁਤ ਕੁਝ ਉਵੇਂ ਛਪ ਨਹੀਂ ਰਿਹਾ, ਜੋ ਸੱਚ ਉਵੇਂ ਸਾਡੇ ਸਾਹਮਣੇ ਨਹੀਂ ਆ ਰਿਹਾ। ਇਸ ਕਰਕੇ ਕਿਉਂਕਿ ਸਾਡਾ ਜਿਹੜਾ ਅਖਬਾਰਾਂ ਦੇ ਉੱਪਰ, ਮੀਡੀਆ ਦੇ ਉੱਪਰ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਕਬਜ਼ਾ ਹੋ ਗਿਆ, ਇੱਕ ਵੱਡੀ ਦਿੱਕਤ ਜਿਹੜੀ ਆਉਣ ਲੱਗ ਗਈ ਹੈ, ਇਹ ਸਾਡੇ ਸਾਹਮਣੇ ਹੈ। ਇਹ ਇੱਕ ਵੱਡਾ ਚੈਲੇਂਜ ਆ ਜਿਹਨੂੰ ਸਾਡੇ ਭਾਈਚਾਰੇ ਨੇ, ਸਾਡੀ ਆਰਗੇਨਾਈਜੇਸ਼ਨ ਨੇ, ਇੰਡੀਅਨ ਜਰਨਲਿਸਟ ਯੂਨੀਅਨ ਨੇ ਆਪਣੀਆਂ ਸੂਬਾਈ ਜਥੇਬੰਦੀਆਂ ਨਾਲ ਮਿਲ ਕੇ ਜਿਹੜਾ ਇਸ ਮਾਮਲੇ ਦੇ ਉੱਪਰ ਫਾਈਟ ਕਰ ਰਹੀ ਹੈ, ਲਗਾਤਾਰ ਅਸੀਂ ਫਾਈਟ ਕਰ ਰਹੇ ਹਾਂ। ਬਦਕਿਸਮਤੀ ਹੈ ਕਿ ਜੋ ਕੁਝ ਦੇਸ਼ ਦੇ ਹਾਕਮ ਵਾਅਦੇ ਕਰਦੇ ਆ ਉਹਦੀ ਥਾਂ ਤੇ ਪੱਤਰਕਾਰਾਂ ਨੂੰ ਕੋਈ ਦੇਣ ਦੀ ਥਾਂ ਤੇ ਖੋਹਿਆ ਜਾ ਰਿਹਾ। ਦੋ ਗੱਲਾਂ ਮੈਂ ਤੁਹਾਡੇ ਨਾਲ ਇਹਦੇ ਬਾਰੇ, ਸਾਡੇ ਕੋਲ ਕਦੇ ਇਹ ਹੁੰਦਾ ਸੀ ਇੰਪਲਾਇਮੈਂਟ ਦੀ ਮੈਂ ਗੱਲ ਕਰ ਚੁੱਕਾ, ਕਦੇ ਸਾਡੇ ਲਈ ਵਰਕਿੰਗ ਜਰਨਲਿਸਟ ਐਕਟ ਹੁੰਦਾ ਸੀਗਾ ਜਿਹਦੀ ਪ੍ਰੋਟੈਕਸ਼ਨ ਦੇ ਵਿੱਚ ਅਸੀਂ ਆਪਣੇ ਮਾਮਲੇ ਲੜ ਸਕਦੇ ਸੀਗੇ। ਸਾਡੀ ਕੋਰਟਾਂ ਦੇ ਵਿੱਚ ਜਾ ਕੇ ਜੇ ਕੋਈ ਮਾਮਲਾ ਕਿਸੇ ਨੂੰ ਰਿਜੈਕਟ ਕਰ ਦਿੱਤਾ ਜਾਂਦਾ, ਕੱਢ ਦਿੱਤਾ ਜਾਂਦਾ, ਤਾਂ ਉਹ ਲੜ ਸਕਦਾ ਸੀਗਾ। ਹੁਣ ਉਹ ਵੀ ਇਸ ਸਰਕਾਰ ਨੇ ਵਾਪਸ ਲੈ ਲਿਆ। ਇੱਕ ਰੇਲਵੇ ਦੇ ਵਿੱਚ ਸਾਡੇ ਪੱਤਰਕਾਰਾਂ ਨੂੰ ਕੰਸੈਸ਼ਨ ਹੁੰਦਾ ਸੀਗਾ 50% ਦਾ। ਜਦੋਂ ਕੋਰੋਨਾ ਕਾਲ ਆਇਆ ਮਦਦ ਕਰਨ ਦੀ ਥਾਂ ਤੇ ਜਿਹੜਾ ਰੇਲਵੇ ਦਾ ਕੰਸੈਸ਼ਨ ਮਿਲਦਾ ਸੀਗਾ 50% ਦਾ, ਉਹ ਵੀ ਵੇਟਾ ਕਰ ਲਿਆ। ਇਹ ਸਰਕਾਰ ਨੇ ਕਿਹਾ ਕਿ ਪੱਤਰਕਾਰ ਜਿਹੜੇ ਕੋਰੋਨਾ ਵਾਰੀਅਰ ਹੈ, ਕੋਰੋਨਾ ਯੋਧੇ ਨੇ। ਅਸੀਂ ਕਿਹਾ ਵੀ ਤੁਸੀਂ ਇਹ ਗੱਲ ਤਾਂ ਪ੍ਰਧਾਨ ਮੰਤਰੀ ਨੇ ਵੀ ਕਹੀ ਤੇ ਰਾਸ਼ਟਰਪਤੀ ਨੇ ਵੀ ਉਦੋਂ ਦੇ, ਪਰ ਜਦੋਂ ਸਹੂਲਤਾਂ ਦੇਣ ਦਾ ਮਾਮਲਾ ਆਇਆ 750 ਤੋਂ ਵੱਧ ਪੱਤਰਕਾਰ ਜਿਹੜਾ ਕੋਰੋਨਾ ਕਾਲ ਦੇ ਵਿੱਚ ਮਾਰਿਆ ਗਿਆ। ਮੈਂ ਨਹੀਂ ਕਹਿੰਦਾ ਬਾਕੀਆਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ, ਪੱਤਰਕਾਰਾਂ ਨੂੰ ਇਸ ਦੇਸ਼ ਦੀ ਸਰਕਾਰ ਨੇ ਕਿਹਾ ਵੀ ਇਹ ਫਰੰਟ ਵਾਰੀਅਰ ਨੇ, ਯੋਧੇ ਨੇ, ਪਰ ਇੱਕ ਪੱਤਰਕਾਰ ਨੂੰ ਵੀ ਉਹ ਸਹੂਲਤ ਨਹੀਂ ਦਿੱਤੀ ਗਈ। ਕੇਂਦਰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲੀ, ਪਰ ਉਹ ਸਹੂਲਤਾਂ ਜਿਹੜੀਆਂ ਅਸੀਂ ਇਹਦੇ 'ਤੇ ਫਾਈਟ ਕੀਤਾ। ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਨੇ, ਕਿਸੇ ਨੇ 2 ਲੱਖ, ਕਿਸੇ ਨੇ 5 ਲੱਖ, ਕਿਸੇ ਨੇ 10 ਲੱਖ ਵਾਰਸਾਂ ਨੂੰ ਦਿੱਤਾ, ਤਾਂ ਕਿ ਜਿਹੜਾ ਰੋਜ਼ੀ ਰੋਟੀ ਕਮਾਉਣ ਵਾਲਾ ਜਿਹੜਾ ਸੱਜਣ ਆ, ਪਰਿਵਾਰ ਦਾ ਮੁਖੀ ਸੀ, ਉਹ ਚਲੇ ਗਿਆ, ਤਾਂ ਇਸ ਕਰਕੇ ਇੰਨੀ ਕੁ ਮਦਦ ਜਿਹੜੀ ਹੋਈ ਹੈ। ਸੋ ਇਹ ਸਾਡੇ ਮੀਡੀਆ ਦੀ ਜਿਹੜੀ ਹਾਲਤ ਹੈ, ਅੱਜ ਵੀ ਜਿਹੜੀ ਹੈ ਦੁਨੀਆਂ ਦੇ ਵਿੱਚ ਜਿਹੜੀ ਲੜਾਈਆਂ ਚੱਲ ਰਹੀਆਂ ਨੇ, ਇਜ਼ਰਾਇਲ ਅਤੇ ਜਿਹੜੀ ਫਲਸਤੀਨ ਦੀ ਲੜਾਈ ਹੈ, ਉਹਦੇ ਵਿੱਚ 70 ਦੇ ਕਰੀਬ ਸਾਡੇ ਪੱਤਰਕਾਰ ਜਿਹੜੇ ਆ ਉਹਦੇ 'ਚ ਵੀ ਸ਼ਹੀਦ ਹੋਏ। ਮਤਲਬ ਹਰ ਥਾਂ ਦੇ ਉੱਪਰ ਸਾਡਾ ਮੀਡੀਆ ਜਿਹੜਾ, ਜਿੰਨਾ ਉਹਦੇ ਕੋਲੋਂ ਯਤਨ ਹੋ ਰਿਹਾ, ਉਹ ਹਰ ਥਾਂ 'ਤੇ ਫਾਈਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੱਥ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਕੋਸ਼ਿਸ਼ ਕਰ ਰਿਹਾ ਕਿ ਸਮਾਜ ਦੇ ਵਿੱਚ ਜੋ ਮਾੜਾ ਹੋ ਰਿਹਾ ਉਹਨੂੰ ਬਿਹਤਰ ਢੰਗ ਨਾਲ ਦਿਖਾਇਆ ਜਾਵੇ। ਇਹ ਸਾਡੀ ਲੜਾਈ ਜਿਹੜੀ ਹੈ ਜਾਰੀ ਰਹੇ। ਇੱਥੇ ਆਏ ਹਾਂ ਭਗਤਾ ਭਾਈ ਪ੍ਰੈਸ ਕਲੱਬ ਦਾ, ਇਹ ਚੰਗਾ ਕੰਮ ਕਰ ਰਿਹਾ, ਸੋਸ਼ਲ ਕੰਮ ਵੀ ਕਰ ਰਿਹਾ, ਇਹ ਸੋਸ਼ਲ ਕੰਮ ਜਾਰੀ ਰਹਿਣੇ ਚਾਹੀਦੇ। ਇਹ ਸਾਡੀ ਜਿਹੜੀ ਜ਼ਿੰਮੇਵਾਰੀ ਆ ਲੋਕਾਂ ਪ੍ਰਤੀ, ਸਾਡਾ ਇਕੱਲਾ ਖਬਰਾਂ ਛਾਪਣਾ ਹੀ ਕੰਮ ਨਹੀਂ ਦਾ, ਉਹਦੇ ਨਾਲ ਸਾਡੀ ਜਿਹੜੀ ਸਮਾਜਿਕ ਜ਼ਿੰਮੇਵਾਰੀ ਹੈ ਉਹ ਅਸੀਂ ਨਿਭਾਉਣੀ ਆ। ਟ੍ਰਿਬਿਊਨ ਦੇ ਵਿੱਚ ਅਸੀਂ, ਟ੍ਰਿਬਿਊਨ ਇੰਪਲਾਈ ਯੂਨੀਅਨ ਸਾਡੀ, ਮੈਂ ਉਹਦਾ 10-12 ਸਾਲ ਜਰਨਲਿਸਟ ਕਰ ਰਿਹਾ,
ਉੱਥੇ ਵੀ ਅਸੀਂ ਸੇਵਾ ਨਿਭਾਉਂਦੇ ਰਹੇ। ਅਸੀਂ 3 ਖੂਨਦਾਨ ਕੈਂਪ ਲਾਉਂਦੇ ਸੀ ਉੱਥੇ, ਉਹਨਾਂ ਦਾ ਲਾਉਣ ਦਾ ਇਹ ਸੀਗਾ, ਲਾਉਣ ਤਾਂ ਅਸੀਂ ਉਦੋਂ ਸ਼ੁਰੂ ਕੀਤੀ ਅਤੇ ਜਦੋਂ ਕਾਰਗਿਲ ਵਾਰ ਸੀਗੀ, ਐਮਰਜੈਂਸੀ ਫੌਜ ਨੂੰ ਲੋੜ ਪੈ ਗਈ ਖੂਨਦਾਨ ਦੀ, ਤਾਂ ਉਹਨਾਂ ਨੇ ਪਹੁੰਚ ਕੀਤੀ ਅਤੇ ਉਦੋਂ ਸਾਡੇ ਜਿਹੜੇ ਟ੍ਰਿਬਿਊਨ ਦੇ ਦੋਸਤ ਸੀਗੇ, ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਖੂਨਦਾਨ ਦਿੱਤਾ, ਤਾਂ ਕਿ ਸਾਡੇ ਜਿਹੜੇ ਜਵਾਨ ਸਰਹੱਦ 'ਤੇ ਲੜ ਰਹੇ ਅਤੇ ਜਿਹੜੀ ਸਾਡੇ ਦੀ ਜ਼ਿੰਮੇਵਾਰੀ ਅਸੀਂ ਉਹਨੂੰ ਨਿਭਾ ਸਕੀਏ, ਅਸੀਂ ਉਹ ਨਿਭਾਈ। ਅਸੀਂ ਜਿੱਥੇ ਛਾਪਣ ਦਾ, ਖਬਰਾਂ ਛਾਪਣ ਦਾ ਮਾਮਲਾ, ਉਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਹੋਰ ਜ਼ਿੰਮੇਵਾਰੀਆਂ, ਅਸੀਂ ਉਹਨਾਂ ਨੂੰ ਵੀ ਆਪਣੀ ਤਨਦੇਹੀ ਨਾਲ ਨਿਭਾ ਸਕਦੇ। ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੱਸ ਰਹੇ ਸੀ ਵੀ ਅਸੀਂ ਜਿਹੜੇ ਸਾਡੇ ਬੱਚੇ ਤੋਂ ਬੜੇ ਅੱਛੇ ਆਏ, ਚੰਗੀ ਗੱਲ ਹੈ, ਪਿੰਡ ਦੇ ਵਿੱਚੋਂ ਬੱਚਿਆਂ ਦਾ ਆਉਣਾ ਅੱਗੇ ਵਧਣਾ ਇੱਕ ਅੱਛੀ ਗੱਲ ਹੈ। ਮਤਲਬ ਕੁਝ ਸਾਲ ਹੋਏ ਮੈਨੂੰ ਆਪਣੇ ਸਾਡੇ ਘਰ ਦੀ ਇੱਕ ਯਾਦ ਹੈ, ਮੇਰੀ ਇੱਕ ਭਾਣਜੀ ਹੈ, ਉਹਦੇ ਮੈਰਿਟ 100 ਚੋਂ 100 ਨੰਬਰ ਆਏ, ਉਹਨੇ IIT ਦਿੱਲੀ ਤੋਂ ਕੀਤੀ ਅਤੇ ਅੱਜ ਕੱਲ੍ਹ ਜਿਹੜੀ ਆ ਅਮੈਰੀਕਾ ਦੇ ਵਿੱਚ ਪੜ੍ਹ ਰਹੀ ਹੈ। ਅਤੇ ਅਸੀਂ ਐਵੇਂ ਟੱਬਰ ਵਿੱਚ ਬੈਠੇ ਜਦੋਂ ਉਹਨੇ ਉਹਦੀ ਸਿਲੈਕਸ਼ਨ ਹੋਈ ਅਤੇ ਗੱਲਾਂ ਹੋਣ ਲੱਗ ਗਈਆਂ ਵੀ ਉਹਦੇ 200 ਸਬਜੈਕਟਸ ਦੇ ਵਿੱਚੋਂ 100 ਚੋਂ 100 ਨੰਬਰ ਸੀਗੇ, ਮੈਥ 'ਚੋਂ ਸੀਗੇ ਅਤੇ ਫਿਜ਼ਿਕਸ 'ਚੋਂ। ਇੱਕ ਮੇਰਾ ਭਾਣਜਾ ਡਾਕਟਰ ਆ, ਕਹਿੰਦਾ ਸਾਡੇ ਤਾਂ 2 ਸਬਜੈਕਟਾਂ ਦੇ ਜੋੜ ਕੇ ਮਸੀਂ ਇੰਨੇ ਬਣਦੇ ਆ, ਤੇਰੇ ਤਾਂ 1 ਚੋਂ ਇੰਨੇ ਇੰਨੇ ਨੰਬਰ ਆਏ। ਮਤਲਬ ਜਿਹੜੇ ਮਿਹਨਤੀ ਬੱਚੇ ਆ, ਉਹ ਮੈਂ ਕਹਿਣ ਤੋਂ ਬਾਅਦ ਉਹ ਕਿਸੇ ਪਿੰਡ 'ਚੋਂ ਹੋਣ, ਕਿਸੇ ਥਾਂ ਤੋਂ ਹੋਣ, ਮੈਂ ਵੀ ਇੱਕ ਪਿੰਡ ਤੋਂ ਹਾਂ, ਛਿਬੜ ਸਾਹਿਬ ਵੀ ਇੱਕ ਪਿੰਡ ਤੋਂ, ਮੈਨੂੰ ਇੱਕ ਪਿੰਡ ਤੋਂ ਜਿਹੜਾ ਪਛੜੇ ਇਲਾਕੇ ਦਾ ਪਿੰਡ ਆ ਪਟਿਆਲੇ ਜ਼ਿਲ੍ਹੇ ਦਾ, ਉੱਥੋਂ ਉੱਠ ਕੇ ਪ੍ਰੈਸ ਕੌਂਸਲ ਆਫ ਇੰਡੀਆ ਦਾ ਤੱਕ ਮੈਨੂੰ ਨੁਮਾਇੰਦਗੀ ਕਰਨ ਦੀ ਮਾਣ ਮਿਲਿਆ। ਅਤੇ ਅਸੀਂ ਉੱਥੇ ਵੀ ਜਿਹੜੇ ਪੱਤਰਕਾਰਾਂ ਦੇ ਮਸਲੇ ਆ ਉਹਨਾਂ ਨੂੰ ਉਠਾਇਆ, ਉਹਨਾਂ ਨੂੰ ਇਨਸਾਫ ਦਵਾਇਆ। ਇੱਕ ਗੱਲ ਮੈਂ ਦੱਸ ਕੇ ਆਪਣੀ ਗੱਲ ਜਿਹੜੀ ਆ ਉਹ ਬਹੁਤ ਲੰਬੀ ਨਹੀਂ ਕਰਨੀ, ਕਿਉਂਕਿ ਪ੍ਰਬੰਧਕਾਂ ਦਾ ਕਹਿਣਾ ਕਿ ਬਹੁਤ ਲੰਮਾ ਉਹਨਾਂ ਨੇ ਸਮਾਗਮ ਨਹੀਂ ਚਲਾਉਣਾ, ਥੋੜ੍ਹਾ ਅਤੇ ਸੰਖੇਪ ਕਰਕੇ ਤੁਸੀਂ ਵੀ ਉਹਨਾਂ ਨੇ ਨਾਲ ਕਹਿ ਦਿੱਤਾ ਵੀ ਦੁਪਹਿਰ ਦਾ ਖਾਣਾ ਇਹ ਤੋਂ ਬਾਅਦ ਹੋਏਗਾ। ਮੇਰੇ ਖਿਆਲ ਉਹ ਤੋਂ ਪਹਿਲਾਂ ਛੋਟੀ ਮੋਟੀ ਹੋਰ ਰਸਮ ਵੀ ਹੋਏਗੀ। ਜਿਹੜੀ ਇਹ ਹੈਗਾ ਵੀ ਪਿੰਡ ਦੇ ਬੱਚੇ ਜਿਹੜੇ ਕਹਿ ਦਿੱਤਾ ਜਾਂਦਾ ਸੀ ਸਿਰਫ ਲੈਂਗੁਏਜ ਜਿਹੜੀ ਆ ਅੰਗਰੇਜ਼ੀ ਵਾਲੇ ਹੀ ਅੱਗੇ ਨਿਕਲ ਸਕਦੇ, ਅਤੇ ਮੈਂ ਤਾਂ ਅੰਗਰੇਜ਼ੀ ਵਾਲੇ ਨਾਲ ਵੀ ਪੜ੍ਹਿਆ, ਮੈਨੂੰ ਕਦੇ ਵੀ ਇਹ ਲੱਗੀ ਨਹੀਂ ਨਿਭਾਉਣ ਹੁੰਦਾ ਕਿ ਅਸੀਂ ਉਹਨਾਂ ਤੋਂ ਪਿੱਛੇ। ਸਦੀ ਸਾਨੂੰ ਲੱਗਾ ਵੀ ਅੱਗੇ ਅਸੀਂ ਜਾ ਸਕਦੇ ਹਾਂ, ਅੱਗੇ ਵੱਧ ਸਕਦੇ ਹਾਂ। ਮੈਂ ਮੋਦੀ ਕਾਲਜ ਪਟਿਆਲੇ ਪੜ੍ਹਿਆ, ਉਸ ਕਾਲਜ ਦਾ ਪ੍ਰੈਜੀਡੈਂਟ ਵੀ ਰਿਹਾ, ਮਲੂਕਾ ਸਾਹਿਬ ਨੇ ਗੱਲ ਕੀਤੀ ਸੀ ਵੀ ਅਸੀਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੀ ਕੰਮ ਕੀਤਾ। ਮੈਨੂੰ ਆ ਵੀ ਜਿਹੜੇ ਬੱਚੇ ਨੂੰ ਕਿਤੇ ਵੀ ਮੌਕਾ ਮਿਲ ਜਾਏ, ਪਿੰਡ 'ਚ ਮਿਲ ਜਾਏ, ਸ਼ਹਿਰ 'ਚ ਮਿਲ ਜਾਏ, ਜਿੱਥੇ ਵੀ ਮੌਕਾ ਮਿਲ ਜਾਏ, ਜੇ ਉਹਨੂੰ ਇੱਕ ਅੱਛਾ ਵਾਤਾਵਰਨ ਮਿਲ ਜਾਏ ਤਾਂ ਉਹ ਬਹੁਤ ਪ੍ਰਾਪਤੀਆਂ ਕਰ ਸਕਦਾ। ਮੇਰਾ ਕੱਲ੍ਹ ਸਕੂਲ ਆਹ ਜਿਹੜਾ ਸਕੂਲ ਹੈ, ਇਹ ਮੇਰੇ ਇਸ ਇਲਾਕੇ ਦੇ ਬੱਚਿਆਂ ਨੂੰ ਅੱਗੇ ਵਧਣ ਲਈ ਬਹੁਤ ਵੱਡਾ ਜਿਹੜਾ ਉਹ ਵਾਤਾਵਰਨ ਦੇ ਰਿਹਾ ਹੈ, ਅਤੇ ਮੈਨੂੰ ਲੱਗਦਾ ਕਿ ਇਸ ਸਕੂਲ ਦੇ ਬੱਚੇ ਜਿਹੜੇ ਫਿਊਚਰ ਦੇ ਵਿੱਚ ਬਹੁਤ ਚੰਗੀਆਂ ਪ੍ਰਾਪਤੀਆਂ ਕਰਨਗੇ, ਬਹੁਤ ਸਿਖਰਾਂ ਸੁਣਗੇ। ਅਤੇ ਮੈਂ ਕਾਮਨਾ ਕਰਦਾ ਕਿ ਸਕੂਲ ਜਿਹੜਾ ਹੋਰ ਤਰੱਕੀਆਂ ਕਰੇ, ਅਤੇ ਸਾਡੇ ਜਿਹੜੇ ਇਸ ਇਲਾਕੇ ਦੇ ਪੱਤਰਕਾਰ ਹੈ ਉਹ ਵੀ ਹੋਰ ਨਾਮਣਾ ਕੱਢਣ, ਜਿਵੇਂ ਭਗਤਾ ਭਾਈ ਪ੍ਰੈਸ ਕਲੱਬ ਕੱਢ ਰਹੇ ਹੈ, ਅਤੇ ਅਸੀਂ ਜਿਹੜੀ ਆਪਣੀ ਜਿਹੜੀ ਆਰਗੇਨਾਈਜੇਸ਼ਨ ਇਸ ਜ਼ਿਲ੍ਹੇ ਵਿੱਚ ਬਣਾਉਣ ਲਈ ਫਿਰ ਯਤਨ ਕਰ ਰਹੇ ਹਾਂ। ਅਤੇ ਪਿਛਲੇ ਦਿਨ ਮੈਨੂੰ ਜਿਹੜਾ ਮੋੜ ਆਉਣ ਦਾ ਮੌਕਾ ਮਿਲਿਆ ਸੀਗਾ, ਅਤੇ ਉੱਥੇ ਸਰਨੈਬ ਸਿੱਧੂ ਹੋਣੀ, ਉਹਨਾਂ ਦੇ ਨਾਲ ਪਰਵਿੰਦਰ ਜੋੜਾ ਹੋਣੀ, ਇਹਨਾਂ ਨੇ ਇੱਥੇ ਚੰਗੇ ਕਦਮ ਚੁੱਕੇ ਹੈ, ਇਸ ਜ਼ਿਲ੍ਹੇ ਦੇ ਵਿੱਚ ਮੈਂਬਰਸ਼ਿਪ ਕੀਤੀ ਹੈ। ਅਤੇ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਅਸੀਂ ਬਠਿੰਡੇ ਦੇ ਵਿੱਚ ਫੇਰ ਆਵਾਂਗੇ, ਅਤੇ ਜਿਹੜੀ ਸਾਡੀ ਜਥੇਬੰਦੀ ਆ ਪੰਜਾਬ ਐਂਡ ਚੰਡੀਗੜ੍ਹ ਜਥੇਬੰਦੀ ਜਿਹੜੀ ਸਾਡੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਉਹ ਹੋਰ ਇਸ ਜ਼ਿਲ੍ਹੇ ਦੇ ਵਿੱਚ ਆਪਣਾ ਪਸਾਰ ਕਰੇਗੀ, ਅਤੇ ਉਹਦੇ ਨਾਲ ਇਸ ਜ਼ਿਲ੍ਹੇ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ
ਉਹਨਾਂ ਨੂੰ ਉਭਾਰ ਦਿੰਦਾ ਵੀ ਮੇਰਾ ਖਿਆਲ ਅਸੀਂ ਜਿਹੜਾ ਆਪਣਾ ਕੰਮ ਆ, ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਉਹਨੂੰ ਹੋਰ ਬਿਹਤਰ ਢੰਗ ਨਾਲ ਨਿਭਾਵਾਂਗੇ। ਅਤੇ ਖਾਸ ਕਰਕੇ ਜਿਹੜੇ ਮੁੱਦੇ ਨੇ, ਨਸ਼ਿਆਂ ਵਰਗੇ ਮੁੱਦੇ ਨੇ, ਜਿਹੜੇ ਕਿ ਵਾਅਦੇ ਕੀਤੇ ਗਏ ਸੀ ਇਸ ਪੰਜਾਬ ਦੇ ਵਿੱਚ ਵੀ। ਕਿਸੇ ਨੇ ਵਾਅਦਾ ਕੀਤਾ ਸੀਗਾ ਅਸੀਂ 28 ਦਿਨਾਂ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਖਤਮ ਕਰ ਦਾਂਗੇ, ਕਿਸੇ ਨੇ ਕਿਹਾ ਸੀ ਅਸੀਂ ਉਹ ਤੋਂ ਵੀ ਜਲਦੀ ਕਰ ਲੈਂਦੇ, ਪਰ ਮਸਲੇ ਤਾਂ ਵੱਧ ਰਹੇ ਨੇ। ਨਸ਼ੇ ਦਾ ਇੰਨਾ ਪਸਾਰ ਜ਼ਿਆਦਾ ਹੋ ਗਿਆ, ਵਾਤਾਵਰਨ ਇੰਨਾ ਮਾੜਾ ਹੁੰਦਾ ਜਾ ਰਿਹਾ, ਇਹ ਸਾਡੀ ਸਿਹਤ ਲਈ ਜਿਹੜਾ ਹਾਨੀਕਾਰਕ ਹੁੰਦਾ ਜਾ ਰਿਹਾ। ਅੱਗੇ ਅੱਜ ਕੱਲ੍ਹ ਠੰਡ ਪੈਂਦੀ ਸੀਗੀ, ਅੱਜ ਕੱਲ੍ਹ ਮੇਰੇ ਕੋਲ 5 ਦਰਜੇ ਅਜੇ ਵੀ ਟੈਂਪਰੇਚਰ ਜਿਹੜਾ ਉਹ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੈ। ਇਹਦੇ ਤੋਂ ਤਾਂ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਵਾਤਾਵਰਨ ਦਾ ਕਿੱਡਾ ਵੱਡਾ ਖਤਰਾ ਜਿਹੜਾ ਖੜਾ ਹੋਣ ਜਾ ਰਿਹਾ। ਇਹੋ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹਨਾਂ ਨੂੰ ਮੀਡੀਆ ਉਭਾਰ ਰਿਹਾ। ਅਸੀਂ ਯਤਨ ਕਰ ਰਹੇ ਕਿ ਇਹ ਸਮੱਸਿਆਵਾਂ ਜਿਹੜੀਆਂ ਸੀਗੀਆਂ ਸੋਸਾਇਟੀ ਨੂੰ ਇਹਦੇ ਜਿੰਨਾ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ, ਉਹਨਾਂ ਸਾਰਿਆਂ ਮਸਲਿਆਂ ਨੂੰ ਉਭਾਰਿਆ ਜਾਵੇ, ਸਾਡੀ ਚੇਤਨਤਾ ਦਾ ਹਿੱਸਾ ਬਣਾਇਆ ਜਾਵੇ। ਸਾਡੇ ਲੋਕਾਂ ਜਿਹੜੇ ਮਤਲਬ ਕਈ ਵਾਰੀ ਪ੍ਰਦੂਸ਼ਣ ਫੈਲਾਉਂਦੇ ਨੇ, ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ। ਖਾਸ ਕਰਕੇ ਜਿਹੜੀ ਸਾਡੀ ਕਿਸਾਨੀ ਹੈ, ਉਹਦਾ ਜਦੋਂ ਮਸਲਾ ਆਉਂਦਾ ਪਰਾਲੀ ਸਾੜਨ ਦਾ, ਸਾਡੇ ਯਤਨ ਹੋਣਾ ਚਾਹੀਦਾ ਕਿ ਨਾ ਪਰਾਲੀ ਸਾੜੀ ਜਾਵੇ। ਠੀਕ ਹੈ, ਉਹਦੇ ਲਈ ਕਈ ਸਹੂਲਤਾਂ ਦੀ ਗੱਲ ਨਹੀਂ ਹੈਗੀ, ਪਰ ਫਿਰ ਵੀ ਸਾਡੇ ਯਤਨ ਹੋਣਾ ਚਾਹੀਦਾ ਵੀ ਉਹਦਾ ਵਾਤਾਵਰਨ ਜਦੋਂ ਅਸੀਂ ਉਹਨੂੰ ਕਰਦੇ ਹਾਂ, ਸਾੜਦੇ ਹਾਂ, ਤਾਂ ਉਹਦਾ ਨੁਕਸਾਨ ਸਾਡੇ ਹੀ ਬੱਚਿਆਂ ਨੂੰ, ਸਾਡੀ ਹੀ ਜਨਰੇਸ਼ਨਾਂ ਨੂੰ ਹੁੰਦੀ ਹੈ ਹੁੰਦਾ। ਇਸ ਕਰਕੇ ਸਾਨੂੰ ਇਹ ਜਿਹੜਾ ਮਸਲਾ, ਇਹਦੇ 'ਤੇ ਜਿਹੜੀ ਜਾਗਰੂਕਤਾ ਉਹ ਪੈਦਾ ਕਰਨ ਦੇ ਵਿੱਚ ਅੱਗੇ ਆਉਣਾ ਚਾਹੀਦਾ ਸਾਡੇ ਲੋਕਾਂ ਨੂੰ। ਇਹ ਸਾਡੇ ਸਾਰੇ ਸਮਾਜ ਦੀ ਜ਼ਿੰਮੇਵਾਰੀ ਹੈ ਅਤੇ ਸਾਡੇ ਸਮਾਜ ਨੂੰ ਇਸ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਅਤੇ ਉਹਦੇ ਲਈ ਆਪਣਾ ਜਿਹੜਾ ਯੋਗਦਾਨ ਆ ਉਹ ਪਾਉਣਾ ਚਾਹੀਦਾ। ਅਤੇ ਮੈਂ ਆਸ ਕਰੂੰਗਾ ਕਿ ਜਦੋਂ ਅਸੀਂ ਆਹ ਦਿਨ ਸ਼ਹਾਦਤ ਦੇ ਦਿਨ ਮਨਾ ਰਹੇ ਹਾਂ, ਛੋਟੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ, ਦਸਵੇਂ ਗੁਰੂ ਦੇ ਪਰਿਵਾਰ ਨੂੰ ਅਸੀਂ ਯਾਦ ਕਰ ਰਹੇ ਹਾਂ, ਤਾਂ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਤਹੱਈਆ ਕਰਨਾ ਚਾਹੀਦਾ ਕਿ ਜਿਹੜੀਆਂ ਸਾਡੇ ਸਮਾਜ ਨੂੰ ਬੁਰਾਈਆਂ ਚੰਬੜਦੀਆਂ ਜਾ ਰਹੀਆਂ, ਉਹਨਾਂ ਦੇ ਖਿਲਾਫ਼ ਵੀ ਅਸੀਂ ਇੱਕ ਜਾਗਰੂਕਤਾ ਲਹਿਰ ਉਸਾਰੀਏ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਜਿਹੜੀ ਨਜਾਤ ਪਾਈ ਜਾ ਸਕੇ। ਬਹੁਤ ਲੰਮੀ ਗੱਲ ਨਾ ਮੈਂ ਕਰਦਾ ਹੋਇਆ, ਮੈਂ ਆਗਿਆ ਲੈਂਦਾ ਅਤੇ ਭਗਤਾ ਭਾਈ ਪ੍ਰੈਸ ਕਲੱਬ ਦਾ, ਇੱਥੇ ਤੁਸੀਂ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਦੇਸ਼ ਬਚਾਈਏ ਔਰ ਪੱਤਰਕਾਰ ਵੀਰਾਂ ਦੇ ਨਾਲ ਲੜ ਕੇ ਆਪਾਂ ਬਹੁਤ ਸਾਰੀਆਂ ਅਲਾਮਤਾਂ ਦੇ ਖਿਲਾਫ਼ ਲੜ ਕੇ ਆਪਣੇ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਈਏ। ਇਸ ਸੁਧਾਰ ਵਿੱਚ ਹੀ ਮੈਂ ਕੋਈ ਦੋ ਲਾਈਨਾਂ ਪੰਜਾਬ ਸੁਧਾਰ ਵਿੱਚ ਕਹਿੰਦਾ ਹੋਇਆ ਅਗਲਾ ਕੁਝ ਪਲ ਹੋਰ ਤੁਹਾਡੇ ਲਵਾਂਗੇ, ਕਿਉਂਕਿ ਆਈਆਂ ਹੋਈਆਂ ਮੌਜੂਦ ਸ਼ਖਸੀਅਤਾਂ ਨੂੰ ਅਸੀਂ ਸਨਮਾਨ ਕਰਨ ਦੀ ਖੁਸ਼ੀ ਲਵਾਂਗੇ। ਸਤਲੁਜ ਬਿਆਸ ਜੇਹਲਮ ਚਨਾਬ ਦੀ ਗੱਲ, ਸਤਲੁਜ ਬਿਆਸ ਜੇਹਲਮ ਚਨਾਬ ਦੀ ਗੱਲ, ਰਾਵੀ ਕਰੇ ਹੁਣ ਕਿਸ ਪੰਜਾਬ ਦੀ ਗੱਲ, ਪੱਤੀ ਪੱਤੀ ਵਲੂੰਦਰੀ ਗਈ ਉਸਦੀ, ਸ਼ਰਫ਼ ਕਰਦਾ ਸੀ ਜਿਸ ਗੁਲਾਬ ਦੀ ਗੱਲ, ਸ਼ਰਫ਼ ਕਰਦਾ ਸੀ ਜਿਸ ਗੁਲਾਬ ਦੀ ਗੱਲ। ਤੁਹਾਡਾ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰੂੰਗਾ ਪ੍ਰੈਸ ਕਲੱਬ ਭਗਤਾ ਦੇ ਸਮੁੱਚੇ ਮੈਂਬਰ ਸਾਹਿਬਾਨ ਨੂੰ ਕਿ ਉਹ ਸਟੇਜ ਉੱਪਰ ਆਉਣ, ਆਪਾਂ ਮੌਜੂਦ ਸ਼ਖਸੀਅਤਾਂ ਦਾ ਸਨਮਾਨ ਕਰਨ ਵਾਲੇ ਪਾਸੇ ਵਧੀਏ। ਸਭ ਤੋਂ ਪਹਿਲਾਂ ਵੀਰਪਾਲ ਭਗਤਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ, ਵਿਸ਼ੇਸ਼ ਸਨਮਾਨ ਪ੍ਰੈਸ ਕਲੱਬ ਭਗਤਾ ਵੱਲੋਂ ਸ਼੍ਰੀ ਪਰਵਿੰਦਰ ਚੌੜਾ ਜੀ ਨੂੰ ਦਿੱਤਾ ਜਾ ਰਿਹਾ, ਕਿਉਂ ਉਹਨਾਂ ਨੂੰ ਪਰਵਿੰਦਰ ਚੌੜਾ ਜੀ, ਵੀਰਪਾਲ ਭਗਤਾ ਜੀ, ਉਹਨਾਂ ਦੀ ਸਮੁੱਚੀ ਟੀਮ, ਨਾਲ ਸਾਡਾ ਪ੍ਰਧਾਨ ਵੀ ਮੰਡਲ,
ਅਸੀਂ ਬੜੇ ਮਾਣ ਸਨਮਾਨ ਨਾਲ ਪਰਮਿੰਦਰ ਚੌੜਾ ਜੀ ਨੂੰ ਜੰਮੂ ਜੀ ਪ੍ਰੈਸ ਕਲੱਬ ਪ੍ਰਗਟਾ ਦੇ ਪ੍ਰਧਾਨ ਸਮੁੱਚੀ ਟੀਮ, ਬੜਾ ਮਾਣ ਮਹਿਸੂਸ ਕਰ ਰਿਹਾ ਪ੍ਰੈਸ ਕਲੱਬ ਪ੍ਰਗਟਾ ਦੇ ਮੈਂਬਰ ਸਾਹਿਬਾਨ, ਅਸੀਂ ਸ਼ਿਵਰ ਸਾਹਿਬ ਨੂੰ ਲੈਕਨ ਜੋਰ ਦੀ ਬਹੁਤ ਬਹੁਤ ਧੰਨਵਾਦ ਜੀ। ਸਨਮਾਨ ਕਰਨਗੇ, ਖੁਸ਼ੀ ਹਾਸਲ ਕਰ ਰਹੇ ਹਾਂ ਅਸੀਂ ਜੀ। ਬਹੁਤ ਬਹੁਤ ਧੰਨਵਾਦ ਜੀ, ਜ਼ੋਰਦਾਰ ਕਲੈਪਿੰਗ। ਬਹੁਤ ਧੰਨਵਾਦ ਜੀ ਸਾਰੇ ਪ੍ਰੈਸ ਕਲੱਬ ਵੀਰਾਂ ਦਾ। ਬਲਵੰਤ ਸਿੰਘ ਜੀ ਕੋਠਾ ਗੁਰੂ, ਉਹਨਾਂ ਦੇ ਹੋਣਾ ਸਪੁੱਤਰ ਕੌਰ ਸਿੰਘ ਜੀ, ਬਹੁਤ ਧੰਨਵਾਦ ਜੀ। ਵੱਡੇ ਵਿਦਿਆਰਥੀ ਰਹੇ ਨੇ, ਬਹੁਤ ਵੱਡੇ ਵਿਦਵਾਨ ਨੇ, ਸਾਹਮਣੇ ਹੁਣ ਆਪਾਂ ਤਿੰਨ ਤਿੰਨਾਂ ਨੇ ਕੀ ਗੱਲ ਦੇਖਣਗੇ ਇਹ ਦੱਸੋ ਜੀ।